ਤਾਂ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਕੌਣੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਅਤੇ ਕੌਣੀ ਪਿੰਡ ਦੋਦੇ ਦੇ ਬਿਲਕੁਲ ਨੇੜ ਆ ਦੋਦਾ ਕੌਣੀ ਵੀ ਇਹਨੂੰ ਕਹਿ ਦਿੰਦੇ ਹਾਂ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਘਰੇਲੂ ਪਸ਼ੂ ਵੀਰ ਕੋਲ ਦੁੱਧ ਤੇ ਲਾਏ ਹੋਏ ਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਗਾਂ ਵਿਕਾਊ ਕੀਤੀ ਹੈ ਚੰਗੇ ਦੁੱਧ ਵਾਲੀ ਬਾਈ ਦੱਸਦਾ ਬਾਕੀ ਇਸ ਗੱਲ ਦੀ ਜਿਹੜਾ ਉਹ ਤੁਹਾਨੂੰ ਇਹਦੇ ਥਣ ਹਵਾਨੇ ਤੋਂ ਵੀ ਆਈਡੀਆ ਹੋ ਜਾਣਾ ਬਹੁਤ ਸੋਹਣੇ ਥਣ ਹੈ ਥੋੜ੍ਹੇ ਦਿਨ ਲੈਂਦੀ ਹੈ ਸੂਣ 'ਚ ਡਿਟੇਲ ਇਹਦੇ ਬਾਰੇ ਪੁੱਛਦੇ ਹਾਂ ਬਾਈ ਤੋਂ ਵੀਡੀਓ ਨੈਣ ਤੱਕ ਦੇਖਿਓ ਜਿਹਨੂੰ ਇਹ ਗਾਂ ਚੰਗੀ ਲੱਗੂਗੀ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੂਗਾ ਆਓ ਬਾਈ ਨਾਲ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਬਾਈ ਆਪਣੇ ਨਾਮ ਕਾਲਾ ਬਾਈ ਠੀਕ ਹੈ ਕਾਲੇ ਬਾਈ ਜਿਹੜੀ ਗਾਂ ਵਿੱਚ ਨਹੀਂ ਕਹਿੰਦਾ ਸੂਆ ਇਹ ਦੂਜਾ ਸੂਆ ਤੀਜਾ ਸੂਆ ਸੁਣੀ ਹੈ ਜੀ ਤੀਜਾ ਸੂਆ ਹਾਂਜੀ ਕਿੰਨੇ ਕੁ ਦਿਨ ਲੈ ਜੂ ਬਾਈ ਇਹਦੇ 30 ਤਰੀਕ ਨੂੰ ਦਿਨ ਪੂਰੇ 30 ਤਰੀਕ ਨੂੰ ਅੱਜ 25 ਹੋਈ ਹੈ 5 ਦਿਨ ਪਏ ਆ ਫਿਰ ਜੀ ਹਨਾ ਦੁੱਧ ਕਿੰਨਾ ਕੁ ਚੋਇਆ ਦੂਜੇ ਸੂਏ ਬੱਤੀ ਤੋਂ ਪਲੱਸ ਚੋਇਆ ਜੀ 32 ਕਿਲੋ ਦਿੰਦੀ ਰਹੀ ਹੈ ਹਾਂਜੀ ਰੇਟ ਇਹਦਾ ਕੀ ਰੱਖਿਆ ਬਾਈ ਰੇਟ ਇਹਦਾ 75,000 ਖੋਲੀ ਨੂੰ ਤੋਰ ਕੇ ਦੋਸਤੋ 75,000 ਰੇਟ ਆ ਦੁੱਧ 30 ਕਿਲੋ ਤੋਂ ਬਾਹਰ ਗਾਂ ਨੇ ਦਿੱਤਾ ਬਹੁਤ ਵੱਡੇ ਕੱਦ ਦੀ ਹੈ ਵੇਲ ਵੀ ਚੰਗੀ ਹੈ 5 ਦਿਨ ਪਏ ਆ ਦਿਨ ਪੂਰੇ ਹੋਣ 'ਚ ਉੱਤੇ ਦਿਨ ਦੇਖੋ ਇਹ ਕਿੰਨੇ ਲੈਂਦੀ ਹੈ ਹਵਾਨਾ ਵੀ ਚੰਗਾ ਥਣ ਦਾ ਸਾਈਜ਼ ਵੀ ਸੋਹਣਾ ਢਾਂਚਾ ਵੱਡਾ ਥਣ ਹੱਥੀਂ ਚਵਾਈ ਵਾਸਤੇ ਬਹੁਤ ਸੋਹਣਾ ਦੋਸਤੋ ਤੁਹਾਨੂੰ ਨੇੜਿਓਂ ਵੀ ਦਿਖਾ ਦੂੰਗਾ ਅੱਗੋਂ ਘੁਮਾਣੀ ਬਾਈ ਡਰਾਈ ਵੀਰ ਦੱਸਦਾ ਵੀ ਇਹਨੂੰ ਮਸਾਂ ਕੀਤਾ ਸੀਗਾ ਦੁੱਧੋਂ ਮਸਾਂ ਛੱਡਿਆ ਕਿਉਂਕਿ ਚੰਗੇ ਦੁੱਧ ਵਾਲੀ ਗਾਂ ਸੋ 75,000 ਰੇਟ ਹੈ ਆ ਕੇ ਵੀ ਤੁਸੀਂ ਦੇਖੋਗੇ ਤੁਹਾਨੂੰ ਥਣ ਹਵਾਨੇ ਵਾਲੇ ਪੱਖ ਤੋਂ ਪਸੰਦ ਆਊਗੀ ਸਟਰਕਚਰ ਜਿਹੜਾ ਉਹ ਤੁਰਦੀ ਗਾਂ ਤੋਂ ਪਤਾ ਲੱਗਦਾ ਵੀ ਜਿੱਦਾਂ ਦਾ ਇਹਦਾ ਹੈਗਾ 5 ਦਿਨ ਪੂਰੇ ਹੋਣ 'ਚ ਅਤੇ ਕੁਛ ਦਿਨ ਕਈ ਵਾਰ ਪਸ਼ੂ ਉੱਤੇ ਵੀ ਲੈ ਜਾਂਦਾ ਬੰਦੇ ਬਾਈ ਸੋ ਇਹ ਦੋਸਤੋ ਗਾਂ ਫੋਰ ਸੇਲ ਹੈ ਇੱਕ ਹੀ ਨਗ ਬਾਈ ਨੇ ਵਿਕਾਊ ਕੀਤਾ ਬਾਕੀ ਗਾਵਾਂ ਜਿਹੜੀਆਂ ਉਹ ਘਰੇ ਰੱਖੀਆਂ ਵੀਆਂ ਥਣ ਦਾ ਸਾਈਜ਼ ਇਸ ਸਾਈਡ ਤੋਂ ਵੀ ਦੇਖ ਲਓ ਮੈਂ ਪਹਿਲਾਂ ਹੀ ਕਿਹਾ ਸੀ ਵੀ ਤੁਹਾਨੂੰ ਪਸੰਦ ਆਉਣਾ ਕਿਉਂਕਿ ਇਹ ਥਣ ਹੱਥੀਂ ਚਵਾਈ ਵਾਸਤੇ ਬਹੁਤ ਵਧੀਆ ਰਹਿੰਦਾ ਤੀਜਾ ਸੂਆ ਗਾਂ ਸੂ ਰਹੀ ਹੈ ਜਿਹੜਾ ਵੀਰ ਪਸੰਦ ਕਰੇ ਕੌਣੀ ਪਿੰਡ ਹੈ ਦੋਦੇ ਦੇ ਬਿਲਕੁਲ ਨੇੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੈਂਦਾ ਸੋ ਆ ਕੇ ਆਪਦੀ ਤਸੱਲੀ ਨਾਲ ਖਰੀਦ ਲਿਓ ਨੰਬਰ ਵੀਰ ਦਾ ਸਕਰੀਨ ਉੱਤੇ ਲੱਗਾ ਮਿਹਰਬਾਨੀ